ਅਸਲਾਮੁਅਲੈਕਮ ਜਨਾਬ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਸਾਜਦ ਵਿਰਕ। ਤੁਸੀਂ ਵੇਖ ਰਹੇ ਜੇ ਯੂਟਿਊਬ ਚੈਨਲ ਮੇਰਾ ਸਾਹਿਵਾਲ ਟੀਵੀ। ਜਿਵੇਂ ਕਿ ਜਨਾਬ ਮੈਂ ਵੀਰਾਂ ਵਾਸਤੇ ਰੋਜ਼ ਕੋਸ਼ਿਸ਼ ਕਰਦਾ ਇੱਕ ਅੱਛੀ ਔਰ ਬਿਹਤਰੀਨ ਵੀਡੀਓ ਲੈ ਕੇ ਹਾਜ਼ਰ ਹਾਂ। ਇਸੇ ਤਰ੍ਹਾਂ ਜਨਾਬ ਰੋਜ਼ ਦੀ ਨਿਸਬਤ ਅੱਜ ਫਿਰ ਜਨਾਬ ਦੋਸਤਾਂ ਵਾਸਤੇ ਇੱਕ 14 ਕ੍ਰੋਸ ਬਰੀਡ ਜਾਨਵਰ ਲੈ ਕੇ ਹਾਜ਼ਰ ਹੋਏ ਹਾਂ। ਉਮੀਦ ਕਰਾਂਗੇ ਹਰ ਰੋਜ਼ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਵੀ ਪਸੰਦ ਆਏਗੀ। ਇਸ ਤੋਂ ਪਹਿਲਾਂ ਤੁਹਾਨੂੰ ਜਾਨਵਰ ਕਰੀਏ ਤਸੱਲੀ, ਸਭ ਤੋਂ ਪਹਿਲਾਂ ਜਨਾਬ ਸਾਡੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਬੈਲ ਆਈਕਨ ਤੇ ਕਲਿੱਕ ਕਰਨਾ। ਇੱਕ ਅੱਛੀ ਔਰ ਬਿਹਤਰੀਨ ਵੀਡੀਓ ਦਾ ਨੋਟੀਫਿਕੇਸ਼ਨ ਜਨਾਬ ਮੇਰੇ ਵੀਰਾਂ ਦੇ ਦੋਸਤਾਂ ਨੂੰ ਮਿਲ ਰਵੇ। ਅੱਜ ਜਨਾਬ ਜਿਸ ਜਾਨਵਰ ਦਾ ਅਸੀਂ ਇੰਤਖਾਬ ਕੀਤਾ ਹੈ ਕ੍ਰੋਸ ਬਰੀਡ ਦਾ ਜਾਨਵਰ ਹੈ। ਸਲੀ ਕਰਾਵਾਂਗੇ, ਵੀਡੀਓ ਨੂੰ ਪੂਰਾ ਵੇਖਣਾ ਤੇ ਜਨਾਬ ਵੀਡੀਓ ਨੂੰ ਸਕਿਪ ਨਹੀਂ ਕਰਨਾ, ਲਾਈਵ ਜਨਾਬ ਤੁਹਾਨੂੰ ਚੁਆਈ ਦੇਵਾਂਗੇ। ਮੁੱਖ ਸਰਜਾ ਜਨਾਬ ਤੁਹਾਨੂੰ ਦਰਜ ਕਰਵਾਉਣੇ ਜਾਨਵਰ ਦਾ, ਉਸ ਤੋਂ ਬਾਅਦ ਡਿਟੇਲ ਮਾਲਕ ਲਵਾਂਗੇ। ਲਓ ਜਨਾਬ, ਸਭ ਤੋਂ ਪਹਿਲਾਂ ਜਨਾਬ ਤੁਸੀਂ ਜਾਨਵਰ ਦੀ ਓਰਿਜਿਨਲ ਹਾਈਟ ਚੈੱਕ ਕਰਨੀ, ਰਾਈਟ ਸਾਈਡ ਦਾ ਮੁਕੰਮਲ ਵਿਊ ਮੇਰੇ ਕੈਮਰੇ ਦੀ ਨਜ਼ਰ ਸਾਹਮਣੇ ਹੈ। ਫੇਸ ਕੁਆਲਿਟੀ ਤੋਂ ਲੈ ਕੇ ਜਨਾਬ ਟੇਲ ਤੱਕ ਪੂਰਾ ਜਾਨਵਰ ਨੂੰ ਤੱਕ ਲੈਣਾ, ਮੁਕੰਮਲ ਵਿਊ, ਹਾਈਟ, ਲਾਮ, ਨਸਲ ਤੇ ਰੰਗ ਵੇਖ ਲੈਣਾ। ਉਸ ਤੋਂ ਬਾਅਦ ਜਨਾਬ ਲੈਫਟ ਸਾਈਡ ਦਾ ਮੁਕੰਮਲ ਵਿਊ ਤੁਹਾਨੂੰ ਚੈੱਕ ਕਰਵਾਉਣੇ। ਲਓ ਜੀ, ਲੈਫਟ ਸਾਈਡ ਦਾ ਮੁਕੰਮਲ ਵਿਊ ਚੈੱਕ ਕਰੋ, ਸਾਫ਼ ਸੁਥਰਾ ਜਾਨਵਰ ਅਤੇ ਅਨਮੋਲ ਹੀਰਾ ਮਾਸ਼ਾਅੱਲਾ, ਚੌਰਸਤਾਨੀ ਕ੍ਰੋਸ ਬਰੀਡ, ਮੈਦਾਨੀ ਇਲਾਕੇ ਜਨਾਬ ਇਹਦੀ ਸਰਵਾਈਵ ਕਰਨ ਵਾਲਾ ਥਾਂ ਜਨਾਬ ਰੁਕ ਰੁਕਦਾ ਅਤੇ ਕਾਲਾ ਮਾਸ਼ਾਅੱਲਾ ਅਤੇ ਮਸ਼ਕ ਜੀ ਡੇਵਾ ਨਹੀਂ, ਚੈੱਕ ਕਰੋ ਸਾਫ਼ ਸੁਥਰਾ ਵਾਨਾ, ਲੰਮਾਈਆਂ ਅਤੇ ਚੌੜਾਈਆਂ ਖੋਲੀ ਮਾੜਾ ਜਾ, ਫਿਜ਼ੀਕਲੀ ਫਿਟਨੈਸ ਜਨਾਬ ਤੁਹਾਨੂੰ ਜਾਨਵਰ ਦੇ ਚੈੱਕ ਕਰਾਉਣੇ ਆ। ਇਹਦੀ ਲਾਈਵ ਚੁਆਈ ਦੇਵਾਂਗੇ, ਬਾਕੀ ਲੈਣ ਦੇ ਹਰ ਰੋਜ਼ਰਾ ਮੁਕੱਦਰ ਅਤੇ ਨਸੀਬ। ਫੇਸ ਕੁਆਲਿਟੀ ਵੇਖੋ, ਲਓ ਜੀ ਫਿਜ਼ੀਕਲੀ ਫਿਟਨੈਸ ਜਾਨਵਰ ਦੀ ਚੈੱਕ ਕਰ ਲੈਣੀ ਹੈ। 16 ਨੇ ਤੋਰਾ ਫੇਰਾ ਮਾਸ਼ਾਅੱਲਾ, ਖਰਾ ਅਤੇ ਸੁੱਚਾ ਜਾਨਵਰ ਹਮੇਸ਼ਾ ਜਨਾਬ ਤੁਹਾਨੂੰ ਮੇਰਾ ਸਾਹਿਵਾਲ ਟੀਵੀ ਤੋਂ ਮਿਲੇਗਾ। ਪਿੱਛੇ ਇਹਦੇ ਵੱਛਾ ਜੇ ਲਾਈਵ ਤੁਹਾਨੂੰ ਚੁਆਈ ਦਿੰਦੇ, ਬਾਕੀ ਡਿਟੇਲ ਮਾਲਕ ਲਵਾਂਗੇ। ਇਹ ਇਹਦੇ ਪਿੱਛੇ ਵੱਛਾ ਜੇ, ਵੱਛਾ ਵੀ ਮਾਸ਼ਾਅੱਲਾ ਕਮਾਲ ਦਾ ਬੱਚਾ ਬਹਿ ਕੇ ਹਟਾਵੀ, ਬੱਚੇ ਨੂੰ ਹਟਾਵੀ, ਚਲੋ ਬੱਚਾ ਛੱਡੋ ਪਿੱਛੇ ਜਨਾਬ। ਅੱਛਾ ਜੀ, ਦੂਜਾ ਵਾਰਾ ਵੈਲ ਨੇ ਜਨਾਬ ਡਿਲੀਵਰ ਕੀਤਾ, 2-2 ਇੰਚੀ ਜਨਾਬ ਸਿਰਫ ਸਿੰਘ ਹੈ, ਫੁੱਲ ਬਰੀਕ ਵੈਡ ਮਾਸ਼ਾਅੱਲਾ, ਗਵਾਲ ਦੀ ਸ਼ਹਿਨਸ਼ਾਹ ਅੱਲਾਹ ਦੇ ਫਜ਼ਲ ਨਾਲ। ਪਿੱਛੇ ਜਨਾਬ ਤੁਹਾਨੂੰ ਲਾਈਵ ਚੁਆਈ ਦੇ ਰਹੇ ਹਾਂ, ਵੀਡੀਓ ਨੂੰ ਸਕਿਪ ਨਹੀਂ ਕਰਨਾ, ਵੀਡੀਓ ਨੂੰ ਪੂਰਾ ਵੇਖਣਾ ਜਨਾਬ। ਜਰਸੀ ਅਤੇ ਫਰੀਜ਼ੀਅਨ ਦਾ ਕੰਬੀਨੇਸ਼ਨ ਹੈ, ਗਰਮੀ ਸਰਦੀ ਦੀ ਸ਼ਹਿਨਸ਼ਾਹ, ਬੜਾ ਅਸੀਲ ਅਤੇ ਸ਼ਰੀਫ ਜਾਨਵਰ ਹੈ, ਦੇਸੀ ਮੌਲ ਦੇ ਨਾਮ ਰਹਿਣ ਵਾਲਾ ਨਹੀਂ। ਇੱਥੇ ਕਰਾ ਤੂੰ, ਮੈਂ ਤੂੰ ਕਰਾ, ਕੋਈ ਮਸਲਾ ਨਹੀਂ। ਚੱਲ ਜੀ ਧਾਰ ਮਾਰੇ ਇੱਕ ਬਹਿਣੀ ਸਾਈਡ ਦਾ ਅਗਲਾ ਥਾਂ, ਓਕੇ ਓਕੇ ਸਰ, ਬਹਿਣੀ ਸਾਈਡ ਦਾ ਪਿਛਲਾ ਥਾਂ ਠੀਕ ਹੈ, ਅਨਬਹਿਣੀ ਸਾਈਡ ਦਾ ਪਿਛਲਾ ਥਾਂ ਠੀਕ ਹੈ, ਆ ਜਨਾਬ ਅਨਬਹਿਣੀ ਸਾਈਡ ਦਾ ਅਗਲਾ ਥਾਂ, ਓਕੇ ਜਨਾਬ। 16 ਨੇ ਚਵਾ, ਕੋਈ ਛੱਟਾ ਨਹੀਂ, ਕੋਈ ਫੁਆਰ ਨਹੀਂ, ਇੱਕ ਜਿਹੜਾ ਗੱਲ ਜਨਾਬ ਮੈਂ ਆਪਣੇ ਵੀਰਾਂ ਦੇ ਦੋਸਤਾਂ ਨੂੰ ਆਉਣਾ ਹੈ ਅਤੇ ਜਨਾਬ ਵੀਡੀਓ ਨੂੰ ਪੂਰਾ ਵੇਖਿਆ ਕਰੋ, ਵੀਡੀਓ ਨੂੰ ਸਕਿਪ ਨਾ ਕਰਿਆ ਕਰੋ, ਬਾਅਦ ਜਨਾਬ ਤੁਸੀਂ ਕਾਲਾਂ ਕਰਕੇ ਪੁੱਛ ਜੇ ਜੀ, ਇਸ ਵਜ੍ਹਾ ਜਨਾਬ ਵੀਡੀਓ ਨੂੰ ਪੂਰਾ ਵੇਖਿਆ ਕਰੋ।
ਅਗਰ ਜਨਾਬ ਤੁਸੀਂ ਮਿਆਰੀ ਅੱਛੇ ਕੁਆਲਿਟੀ ਵਾਲਾ ਅਤੇ ਮਾਕੂਲ ਰੇਟ ਜਾਨਵਰ ਲੈਣਾ ਚਾਹੁੰਦੇ ਤਾਂ ਜਨਾਬ ਮੇਰਾ ਸਾਹਿਬ ਟੀਵੀ ਨੂੰ ਸਬਸਕ੍ਰਾਈਬ ਕਰਨਾ, ਚਲਾ ਤੁਹਾਡੇ ਘਰ ਦੀ ਦਹਿਲੀਜ਼ ਤੱਕ। ਫੁੱਲ ਦਿਆਨਤਦਾਰੀ ਦੇ ਨਾਲ ਜਨਾਬ ਜਾਨਵਰ ਪਹੁੰਚਾਵਾਂਗੇ ਇਨਸ਼ਾਅੱਲਾ। ਜਨਾਬ ਵੀਰਾਂ ਵਾਸਤੇ ਕੋਸ਼ਿਸ਼ ਕਰੀ ਦੀ ਹੈ ਕਿ ਜਾਨਵਰ ਜਿਹੜਾ ਜਿਸ ਜਾਨਵਰ ਦਾ ਅਸੀਂ ਇੰਤਖਾਬ ਕਰੀਏ ਉਹ ਜਾਨਵਰ ਕੁਆਲਿਟੀ ਵੱਲੋਂ, ਰੇਟ ਵੱਲੋਂ ਅਤੇ ਨੁਕਸੇ ਤੋਂ ਪਾਕ ਹੋਵੇ। ਚੁਹਾ ਲੈਣਾ ਮਾਸ਼ਾਅੱਲਾ, ਮੋਟਾ ਚੁਹਾ ਹੈ, ਮੋਟਾ ਚੁਹਾ ਲਾ ਲਿਆ ਫਜ਼ਲ ਜਿਹੜਾ ਜਨਾਬ ਮਿੰਟਾਂ ਸਕਿੰਟਾਂ 'ਚ ਬਾਲਟੀ ਫਿੱਲ ਅਤੇ ਸੀ ਲੈਂਦਾ ਮਾਸ਼ਾਅੱਲਾ। ਚੈੱਕ ਕਰੋ ਜਿੱਥੇ ਪੈਰ ਰੱਖਿਆ ਉੱਥੇ ਖੜੀ ਗਈ, ਬਾਲਟੀ ਨੰਬਰ ਇੱਕ ਮਾਸ਼ਾਅੱਲਾ। ਹਾਂ ਅਜੇ ਦੋ ਥਣ ਕੰਪਲੀਟ ਚੁਆਈ ਨਹੀਂ ਹੋਏ, ਬਾਲਟੀ ਮਾਸ਼ਾਅੱਲਾ ਫਿੱਲ ਹੋ ਗਈ ਹੈ। ਉਹਦੇ 'ਚ ਪਲਟਾ ਹੋ ਗਿਆ ਉਹਦੇ 'ਚ ਖਾਲੀ ਬਰਤਨ 'ਚ। ਓਕੇ ਓਕੇ ਠੀਕ ਹੈ, ਪਲਟਾ ਹੋ ਗਿਆ ਮਾਸ਼ਾਅੱਲਾ ਜੀ। ਦੁੱਧ ਦੀ ਨਹਿਰ ਲਾ ਦੇ ਫਜ਼ਲ ਨਾਲ, ਬਸ ਸਹੀ ਰੱਖ ਦੇ। ਜੋ ਆ ਜਨਾਬ ਤੁਹਾਨੂੰ ਵਿਖਾਣੇ ਜ਼ੂਮ ਕਰਕੇ ਨਜ਼ਦੀਕ ਕਰਕੇ, ਇਹ ਵੇਖੋ ਚੁਹਾ ਵੇਖਣਾ ਬਿਲਕੁਲ ਮੋਟਾ ਚੁਹਾ, ਮਤਲਬ ਮੱਝਾਂ ਵਰਗਾ ਚੁਹਾ, ਮੱਝਾਂ ਵਰਗਾ ਇਹ ਹੁੰਦਾ ਜੀ, ਮੱਝਾਂ ਵਰਗਾ ਚੁਹਾ ਮਾਸ਼ਾਅੱਲਾ। ਚੈੱਕ ਕਰੋ ਮੋਟਾ ਚੁਹਾ, ਚੁਹਾ ਮੋਟਾ ਅਤੇ ਮੱਝਾਂ ਪੋਲਾ ਚੁਹਾ, ਬੱਚੇ ਬੈਠੇ ਚੋਈ ਜਾਣ। ਮਾਸ਼ਾਅੱਲਾ
ਖਿੱਚਦੇ 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 ਚੱਕ ਬਸ ਕਰਨਾ ਕਰ ਲੈ ਹੋਰ ਆਪਣਾ ਕਰ ਲੈ ਪਰ ਸੈਟ ਕਰ ਲੈ ਚੱਕ ਮਾਰ ਲੈ ਚੱਕ ਚੱਕ ਮਾਰ ਚੰਗੀ ਤਰ੍ਹਾਂ ਠੰਡਾ ਕਰ ਦੋ ਚੱਕ ਬਿਲਕੁਲ ਚੱਕ ਨਾ ਹੋਵੇ ਜਨਾਬ ਨਾਲ ਨਾਲ ਮਈਰ ਕਰਦੇ ਕਿਉਂਕਿ ਵੀਡੀਓ ਲੰਮੀ ਹੋ ਜਾਣੀ ਠੀਕ ਹੈ ਹੁਣ ਮੈਂ ਮੇਜਰ ਕਰ ਠੀਕ ਹੈ ਕਰ ਮੇਜਰ ਮੇਜਰ ਵਾਲਾ ਚਲੋ ਇਵੇਂ ਹੋ ਜਾ ਕਾਉਂਟ ਕਰ ਲਓ ਇੱਕ ਦੋ ਮਾਸ਼ਾਅੱਲਾ ਤਿੰਨ ਚਾਰ ਪੰਜ ਛੇ ਸੱਤ ਅੱਠ ਚੱਲ ਨੌ ਦਸ ਮਾਸ਼ਾਅੱਲਾ ਗਿਆਰਾਂ ਬਾਰਾਂ ਤੇਰਾਂ ਚੌਦਾਂ ਪੰਦਰਾਂ ਮਾਸ਼ਾਅੱਲਾ ਸੋਲਾਂ ਲੀਟਰ ਜਨਾਬ ਦੁੱਧ ਕਾਰ ਦੁੱਧ ਸੋਲਾਂ ਲੀਟਰ ਦੁੱਧ ਲੇਕਿਨ ਸੋਲਾਂ ਕਾਊਂਟ ਕਰਾਂਗੇ ਇੰਨਾ ਦੁੱਧ ਜਨਾਬ ਤਿੰਨ ਟਾਈਮ ਚਵਾਈ ਵਾਲੇ ਜਾਨਵਰ ਨਹੀਂ ਦਿੰਦੇ ਸੋਲਾਂ ਲੀਟਰ ਦੁੱਧ ਇਹ ਹੁੰਦੇ ਜੀ ਗਵਾਲ ਦੀ ਸ਼ਹਿਨਸ਼ਾਹ ਕ੍ਰਾਸ ਬ੍ਰੀਡ ਦੇ ਜਾਨਵਰ ਫੁੱਲ ਬਰੀਕ ਵੈਡ ਮਾਸ਼ਾਅੱਲਾ ਚੈੱਕ ਕਰੋ ਬਾਕੀ ਤਸੱਲੀ ਡਿਟੇਲ ਸਾਰੀ ਆਪਾਂ ਲੈਣੇ ਮਾਲਕ ਤੋਂ ਸੋਲਾਂ ਲੀਟਰ ਜਨਾਬ ਬੱਚੇ ਦਾ ਦੁੱਧ ਹੋਇਆ ਜੇ ਬੱਚੇ ਛੱਡ ਕੇ ਬੱਚੇ ਨੂੰ ਲਓ ਜੀ ਬਾਕੀ ਜਨਾਬ ਗੱਲਾਂ ਬਾਤਾਂ ਕਰਦੇ ਭਾਈ ਹੋਰਾਂ ਨਾਲ ਅਸਲਾਮ ਵਾਲੇਕੁਮ ਜੀ ਵਾਲੇਕੁਮ ਸਲਾਮ ਸਤਿ ਸ਼੍ਰੀ ਅਕਾਲ ਅੱਲਾ ਦਾ ਸ਼ੁਕਰ ਤਬੀਅਤ ਸਿਹਤ ਜਿੰਨਾ ਪਾਓਗੇ ਨਾ ਤੁਸੀਂ ਜਿੰਨਾ ਪਾਓਗੇ ਅੱਲਾ ਦੇ ਹੁਕਮ ਨਾਲ ਮਾਲਕ ਨੂੰ ਮਯੂਸ ਨੀ ਕਰੇ ਸਾਜਦ ਭਾਈ ਲੀਟਰ ਬਣਦਾ ਸਰ ਮੇਰੇ ਕਹਿਣ ਦਾ ਮਤਲਬ ਇਹ ਕਿ ਆਪਾਂ ਵਪਾਰੀ ਬੰਦੇ ਸੇਲ ਕਰਨ ਵਾਸਤੇ ਲਿਆਈ ਦੀ ਹੈ
ਠੀਕ ਹੈ ਆਪਣਾ ਕੋਈ ਘੰਟਾ ਦੋ ਅਸੀਂ ਸਵੇਰ ਨੂੰ ਟਾਈਮ ਨਾਲ ਚੋਲੀ ਜਾਂਦਾ ਠੀਕ ਹੋਗਾ ਹੁਣ ਵੀ ਕੋਈ ਮੈਂ ਘੰਟਾ ਕ ਲੇਟ ਹੋਇਆ ਘੰਟਾ ਕ ਲੇਟ ਹੋਇਆ ਯਾਨੀ 3-4 ਘੰਟੇ ਗਾਂ ਨੂੰ ਟਾਈਮ ਹੋ ਗਿਆ ਆਪਾਂ ਇਸ ਕਰਕੇ ਗੱਲ ਉਹ ਕਰਨੀ ਜਿਹੜੀ ਕੱਲ ਨੂੰ ਦੇਣੀ ਨਾਲ ਸਹੀ ਸੋਣੀ ਅਗਰ ਕੋਈ ਭਾਈ ਬਿਆਨਾ ਕਰਾਉਂਦਾ ਉੱਥੇ ਆਉਂਦਾ ਨਾ ਆਪਣੇ ਕੋਲ ਆ ਕੇ ਰਹਿੰਦਾ ਦੁੱਧ ਚੋਂਦਾ ਇਨਸ਼ਾਅੱਲਾ ਉਹਦੀ ਨਾ ਰਹਿ ਕੇ ਟੈਨਸ਼ਨ ਹੋਏਗੀ ਨਾ ਖਾਣੇ ਪੀਣੇ ਉਹਨੇ ਆਪਣੇ ਘਰ ਆਉਣਾ ਖਾਣੇ ਆਪਣੇ ਨਸੀਬ ਸਹੀ ਹੋ ਗਿਆ ਠੀਕ ਹੋ ਗਿਆ ਜੀ ਆਪਾਂ 25 ਲੀਟਰ ਦੁੱਧ ਨੂੰ 25 ਲੀਟਰ ਦੁੱਧ ਜ਼ਿਆਦਾ ਹੈ ਲੇਕਿਨ 25 ਦੀ ਆਪਣੀ ਗਰੰਟੀ ਹੈ ਮੈਂ ਨਾ ਸਰ ਜੀ ਤੁਸੀਂ ਬੇਫਿਕਰ ਹੋ ਜਾਓ ਆਪਾਂ ਉਹ ਦੁੱਧ ਦੱਸਿਆ ਅਗਰ ਕੋਈ ਭਾਈ ਆਏਗਾ ਨਾ ਇਨਸ਼ਾਅੱਲਾ ਆਪਾਂ ਉਹਦੀਆਂ ਅੱਖਾਂ ਚੱਖਾਂ ਪਾ ਕੇ ਗੱਲ ਕਰਾਂਗੇ ਚਵਾ ਕੇ ਤੇ ਖਲੀਆਂ ਕਰਕੇ ਗੱਲ 24 ਨਹੀਂ ਹੋਵੇਗਾ 26 ਹੋ ਸਕਦਾ 27 ਹੋ ਸਕਦਾ ਇਨਸ਼ਾਅੱਲਾ 27 ਹੋ ਸਕਦਾ 26 ਹੋ ਸਕਦਾ 25 ਆਪਾਂ ਮਤਲਬ ਚਵਾ ਕੇ ਦੇ ਪਿੱਛੇ ਬੱਚਾ ਪਿੱਛੇ ਬੱਚਾ ਕਿੰਨੇ ਦਿਨਾਂ ਦੀ ਦੁੱਧ ਨਹੀਂ ਹੋਏਗੀ 12-14 ਦਿਨ ਹੋ ਗਏ ਨੇ ਸ਼ੁਰੂ ਠੀਕ ਹੋ ਗਿਆ ਉਸਨੇ ਗੱਲ ਇਹ ਵੇ ਕਿ ਮਤਲਬ ਕੋਈ ਇੱਕ ਅੱਧਾ ਦਿਨ ਦਾ ਵਾਧਾ ਘੱਟ ਵੀ ਹੋ ਸਕਦਾ ਵੀ ਆਪਾਂ ਕਨਫਰਮ ਡੇਟ ਕੋਈ ਨਹੀਂ ਲਿਖੀ ਸਹੀ ਸਹੀ ਸੋਣੀ ਗੱਲ ਅੱਛਾ ਮੁੱਲ ਕਰ ਸੋਣੀ ਦੀ ਗੱਲ ਕਰੀ ਯਾ ਸਿਆ ਜਿਹੜਾ ਗਾਣੇ ਦੁੱਧ ਕੱਢਿਆ ਨਾ ਇਹ ਹਿਸਾਬ ਨਾਲ ਆਪਾਂ ਬਾਹਰ ਫਿਰ ਲਈ ਇਹਨਾਂ ਦੇ ਫਿਰਦੇ ਵੀ ਆ ਨਹੀਂ ਦੀ ਉਹਨੇ ਦੇਈ ਦੀ ਆ ਆਪਾਂ ਨੂੰ 4.5-5 ਲੱਖ ਰੁਪਇਆ ਵੀ ਇਹਦੇ ਮੂੰਹ ਤੇ ਪੈਂਦਾ ਲੋਕ ਮੰਗਦੇ ਨੇ ਦਿੰਦੇ ਨੇ ਲੇਕਿਨ ਅੱਜ ਆਪਾਂ ਭਰਾਵਾਂ ਨੂੰ ਦੇਣਾ ਪੈਕੇਜ ਪੈਕੇਜ ਇਸ ਤਰ੍ਹਾਂ ਦਾ ਦੇਣਾ ਵੀ ਜਿਹੜਾ ਤੁਸੀਂ ਬਾਹਰ ਕਹਿੰਦਾ ਵੀ ਛੱਡੋ ਛਡਾਉਣ ਵਾਲੀ ਗੱਲ ਹੀ ਕੋਈ ਨਹੀਂ ਠੀਕ ਹੈ ਜੀ 3,90,000 ਰੁਪਇਆ